ਕੁੱਚੀ ਸਾਹਿਬ ਰਾਜ਼ੀ ਬੈਠੇ ਹੋਏ, ਹਸਨ ਦਾ ਜ਼ਿਕਰ ਹੈ। ਹਜ਼ਰਤ ਅਮੀਰ ਮੁਆਵਿਆ ਰਜ਼ੀ ਅੱਲਾਹੁ ਤਾਲਾ ਅਨਹੁ ਨਾਲ ਸੁਲਹ ਜੋ ਥਈ ਹੈ, ਤੇ ਸੁਲਹ ਆਪ ਨੀ ਨੇ ਕੀਤੀ, ਨਬੀ ਆਪਣੀ ਜ਼ਿੰਦਗੀ ਵਿੱਚ ਫਰਮਾ ਗਏ ਹਨ, ਇਹ ਹੀ ਵੇ ਮੇਰਾ ਸਰਦਾਰ ਹਸਨ। ਆਏ ਹਾਏ ਉਹ ਹੱਥ ਚਾਹੋ ਜਿਹੜੇ ਨਬੀ ਦਾ ਫਰਮਾਨ ਸਮਝੇ ਦੇ, ਮੈਂ ਗਲਤ ਪੜਾ, ਮੈਂ ਮੁਜਰਮ, ਤੂੰ ਨਾ ਮੰਨੇ ਤਾਂ ਤੇਰੇ ਉੱਤੇ ਅੱਲਾ ਰਹਿਮ ਦਾ ਫਰਮਾਵੇ, ਮੈਂ ਤੇਰੇ ਪਿੱਠ ਪਲੂਤ ਨਹੀਂ ਕਰੇਗਾ। ਝੋਲੀ ਵਿੱਚ ਵੀ ਲਾ ਕੇ ਆਖਿਆ ਨੇ, ਇਹ ਹੈ ਮੇਰਾ ਸਰਦਾਰ ਬੇਟਾ ਹਸਨ, ਜਿਹੜਾ ਨੂ ਮੁਸਲਮਾਨ ਗਿਰੋਹਾਂ ਦੇ ਦਰਮਿਆਨ ਸੁਲਹ ਕਰੇ ਸੀ। ਔਰ ਹਜ਼ਰਤ ਅਮੀਰ ਮੁਆਵਿਆ ਸਰਕਾਰ ਰਜ਼ੀ ਅੱਲਾਹੁ ਤਾਲਾ ਅਨਹੁ ਸੁਲਹ ਕੀਤੀ, ਆਪਨੇ ਸੁਲਹ ਚ ਕੀਤੀ, ਸੁਲਹ ਥੀ ਗਈ। ਤੁਹਾਨੂੰ ਪਤਾ ਵੱਡੇ ਲੋਕ ਸੁਲਹ ਕਰਨ ਤਾਂ ਵੱਲ ਇੱਕ ਵਜਾ ਦਾਫ ਤੰਗ ਕਰਦੇ, ਹਜ਼ਰਤ ਅਮੀਰ ਮੁਆਵਿਆ ਆਖਿਆ ਸਾਈ ਮਿਹਰਬਾਨੀ ਕਰੋ, ਕਦੇ ਤੁਸੀਂ ਸਾਡੇ ਮੁਲਕ ਤਾਂ ਆਓ। ਦਮਿਸ਼ਕ ਆਪਣੇ ਫਰਮਾਇਆ ਆਵੇ ਨਹੀਂ ਹੈ, ਚੁਨਾਚੇ ਸ਼ਡੂਲ ਬਣ ਗਿਆ, ਵੱਡੇ ਲੋਕਾਂ ਦੇ ਸ਼ਡੂਲ ਬਣਦੇ ਨਾ, ਸ਼ਡੂਲ ਬਣ ਗਿਆ। ਉੱਥਾਂ ਐਲਾਨ ਠੀਕ ਗਏ ਬਈ ਇਮਾਮ ਹਸਨ ਆਪਣੇ, ਇਹ ਮਾਜ਼ੂਰ ਹਾਫਿਜ਼ ਸਾਹਿਬ ਜਿਹਦਾ ਨਾਂ ਕਿਹਾ, ਇਹ ਨਾਰਾ ਬੜਾ ਸੋਹਣਾ ਮਾਰਿਆ, ਹਕ ਨਵਾਜ਼ ਸਾਹਿਬ, ਇਹ ਅੱਖੀ ਕਣੇ ਨਬੀ ਨਾ ਆਈ ਵੇ, ਇਹ ਨਾਰਾ ਨਾ ਲਾਵਿਆ, ਮੈਂ ਵਾਕਿਆ ਨਾ ਪੜਾ, ਹੁਣ ਮੇਰਾ ਮੂਡ ਬਣ ਕੇ ਮੈਨੂੰ ਰੁਕਾ ਹੈ ਨਾ। ਹਜ਼ਰਤ ਅਮੀਰ ਮੁਆਵਿਆ ਰਜ਼ੀ ਅੱਲਾਹੁ ਤਾਲਾ ਅਨਹੁ ਉੱਥਾਂ ਨਾਰੇ ਚ ਲਵਾਏ, ਇਮਾਮ ਹਸਨ ਆਉਂਦਾ ਪਏ, ਇਮਾਮ ਹਸਨ ਆਉਂਦਾ ਪਏ, ਹਿਕ ਅਲੀ ਮੌਲਾ ਦਾ ਨੌਕਰ ਆ ਹਾ ਮੋਚੀ। ਹਾਂ ਬੋਲੋ ਸਾਰੇ, ਕਿਵੇਂ ਦੁਕਾਨ ਵੀ ਕਹਿਣਾ, ਇਵੇਂ ਥੜਾ ਛੜਾ ਬਣਿਆ ਹੋਇਆ, ਜੁੱਤਾਂ ਕੁਰੋਮ ਦਾ ਸੀਂਦਾ ਹਾ ਬਣਦਾ ਹਾ, ਜਿਹੜੇ ਬੰਦਾ ਇਵੇਂ ਇਲਾਨ ਕਰਕੇ ਗਿਆ ਨਾ, ਹਸਨ ਆਉਂਦਾ ਪਏ ਕਰੇਂਦਾ ਉਹ ਅਲੀ ਅਲੀ ਹਾ, ਸੁਣਿਆ ਐਲਾਨ, ਹਸਨੇ ਮੁਸ਼ਤਬਾ ਆਉਂਦੇ ਪੈਣ, ਉਹਦੇ ਅੱਖਾਂ ਵਿੱਚੋਂ ਹੰਝੂ ਜਾਰੀ ਥੀ ਗਏ, ਬੰਦੇ ਨਾਲ ਆ ਲਿਆ ਦਿਨ, ਤੂੰ ਅਲੀ ਅਲੀ ਕਰਨਾ ਆਵੇਂ, ਅਲੀ ਦੀ ਪੱਗ ਦਾ ਬਾਰੇ ਸਾਂਦਾ ਪਏ, ਉਹ ਤੂੰ ਰੋਂਦਾ ਕਿਉਂ ਬੈਠੀ, ਮੈਂ ਕਿ ਰੋਂਦਾ ਹੀ ਵਾਸਤੇ ਬੈਠਾ, ਪੱਲੇ ਵੀ ਕਸ਼ਿਆ ਕਹਿਣੀ, ਅਤੇ ਪੀਰੇ ਕਨੇ ਹੱਥੋਂ ਖਾਲੀ ਨਹੀਂ ਹੋਣਾ ਚਾਹੀਦਾ, ਚਲੋ ਕਸ਼ਿਆ ਹੋ ਸੀ, ਸਾਕੋ ਮਿਲਣ ਦਾ ਮੌਕਾ ਮਿਲਵੇ ਸੀ, ਸਾਰੀ ਡਿਮਾਰ ਮੇਰੇ ਬੱਚੋ ਰੋਂਦਾ ਰਹਿ ਗਿਆ। ਸ਼ਾਮ ਥਈ, ਮੂੰਹ ਕੁਮਾਣਾ ਕਰਕੇ ਘਰ ਗਿਆ, ਘਰ ਵਾਲੀ ਆ ਕਿ ਖੈਰ ਤਹੇ, ਮੈਂ ਕਿਹਾ ਖੈਰ, ਅਰ ਰੋਂਦਾ ਕਿਉਂ ਹੈ, ਮੈਂ ਕਿ ਇਮਾਮ ਹਸਨ ਕੱਲ ਆਉਂਦਾ, ਮੈਂ ਕਿ ਕਿੱਥਾਂ, ਆਖੇ ਅਮੀਰ ਮੁਆਵਿਆ ਸਰਕਾਰ ਦੇ ਦਰਬਾਰ ਵਿੱਚ, ਮੈਂ ਕਿ ਅੱਛਾ, ਅਤੇ ਰੋਂਦਾ ਕਿਉਂ, ਮੈਂ ਕਿ ਹੁਣ ਵੰਜਣਾ ਵੀ ਹੈ ਦੀਦਾਰ ਹੀ ਕਰਨੇ, ਅਤੇ ਪੀਰੇ ਕਰਨੇ ਇਵੇਂ ਖਾਲੀ ਵੰਜੂ, ਉਹ ਆਖੇ ਵਾਲ, ਉਹ ਆਖੇ ਹੇ ਕਸ਼ਿਆ ਕਹਿਣਾ, ਉਹ ਆਖੇ ਚੱਲ ਕਸ਼ਿਆ ਕਹਿਣੀ ਨਾ, ਦੀਆ ਕੁਝ ਨਹੀਂ ਨਾ, ਅਤੇ ਕੋਈ ਜੁੱਤੀ ਸੀਵਣ ਦਾ ਡਾਂ ਦੇ ਨਾ, ਹਸਨ ਵਾਸਤੇ ਜੁੱਤੀ ਚ ਸੀ, ਸਾਰੀ ਰਾਤ ਤੂੰ ਜੁੱਤੀ ਸੀ, ਇੱਕ ਰਾਤ ਆਪਣੇ ਜੋਗੀ ਕਾ ਕਸੇ ਜੁੱਤੀ ਸਵੀਜ ਗਈ, ਵੱਡਾ ਵੇਲਾ ਥੀ, ਆਉਂ ਤਹੱਜਤ ਦੀ ਨਮਾਜ਼ ਪੜ੍ਹੀ, ਜ਼ਾਲੀ ਤਹੱਜਤ ਦੀ ਨਮਾਜ਼ ਪੜ੍ਹੀ, ਮੈਂ ਕਿ ਜੁੱਤੀ ਤਾਂ ਬਣ ਗਈ, ਮੈਂ ਕਿ ਕਿੱਥਾਂ ਹੈ, ਮੈਂ ਕਿ ਦਿਖਾਲ ਕੂੰ ਦਿਖਾਈ ਜੋ ਸਹੀ, ਉਹ ਜੁੱਤੀ ਕੋਈ ਇਵੇਂ ਚਾਤਾ ਮਈ, ਹੁਣ ਨਾਰੇ ਨੰਬਰ ਆਇਆ, ਆਰਾਮ ਨਾਲ ਸੁਣਾ, ਇਵੇਂ ਜੁੱਤੀ ਚਾਤੀ ਇਵੇਂ ਚੁੰਮਿਆ, ਸੀਨੇ ਨਾਲ ਲਾ ਕੇ ਮਦੀਨੇ ਦੇ ਮੂੰਹ ਕਰਕੇ ਆ ਜੇ, ਯਾ ਰਸੂਲ ਅੱਲਾ, ਗੁਰਬਤ ਬਲੇਟ ਗਈ ਹੈ, ਸਾਡੀ ਆ ਨੌਕਰੀ ਕਬੂਲ ਚੱਕਰ, ਵੱਲ ਪਾਏ ਕੁਵਾਦੀ ਜਰਾ ਮੇਰੇ ਕੋ ਪੱਗ ਦਿਖਾ, ਅੱਲਾ ਤੁਹਾਡੇ ਹੰਝੂ ਕਬੂਲ ਕਰੇ, ਮਿਹਰਬਾਨੀ ਕਰਾ, ਨਬੀ ਦੀ ਆਲ ਨਾਲ ਪਿਆਰ ਕੀਤਾ ਕਰੋ, ਸਾਰੇ ਕਿਤਾਬਾਂ 'ਤੇ ਅਸਾਂ ਗਲੇਫ ਨਹੀਂ ਰੱਖੇਂਦੇ, ਲੱਖਾਂ ਕਿਤਾਬਾਂ ਖਿੱਚੀ ਸਾਹਿਬਾ ਹਾਜੀ ਸਾਹਿਬਾ, ਕਈ ਕਿਤਾਬ 'ਤੇ ਗਲੇਫ ਨਹੀਂ ਸਿਰ ਰੱਖੇਂਦੇ, ਗਲੇਫ ਰੱਖੇਣੇ ਆ ਤਾਂ ਕੁਰਾਨ 'ਤੇ ਰੱਖੇਣੇ ਆ, ਕਿਉਂ, ਇਹ ਆਲਾ ਕਿਤਾਬ ਹੈ, ਹੁਣ ਸੜ ਤੇ ਭਾਵੇਂ ਮਰ, ਨਬੀ ਹਰ ਕਈ ਦੇ ਉੱਤੇ ਆਪਣੀ ਕਾਲੀ ਕਬਲੀ ਨਹੀਂ ਛੱਡੀ, ਪੰਤਨ 'ਤੇ ਹੀ ਛੱਡੀ ਹੈ, ਨਬੀ ਆਪਣੀ ਚਾਦਰ ਆਪਣੇ ਘਰਾਣੇ 'ਤੇ ਛੱਡੀ ਹੈ, ਮੇਰੇ ਲਜਪਾਲ ਬਾ ਕਮਾਲ ਬੇਮਿਸਾਲ ਨਬੀ ਦੇ ਨੌਕਰੋ, ਜੇ ਲਈ ਮੈਂ ਜੁੱਤੀ ਚਾਹਤੀ ਸੀ, ਸੀਨੇ ਨਾਲ ਲਈ ਸੀ, ਕਾਲਾ ਸੀਨੇ ਨਾਲ ਲਾ ਕੇ ਨਾ ਮਦੀਨੇ ਦੇ ਮੂੰਹ ਕਰਕੇ ਜੀ, ਸੈਣ ਜ਼ਹਰਾ ਗਰੀਬ ਡਾਡੀਆਂ, ਵੱਲ ਘਰ ਵਾਲੇ ਕੋਲ ਜੇ ਮੈਂ ਕੋਈ ਪੱਗ ਤਾਂ ਦੇ, ਊਂ ਪੱਗ ਦਿੱਤੀ ਹੈ, ਪਰ ਮੈਂ ਪੱਗ ਲਹਾ, ਊਂ ਪੱਗ ਲਹਾਈਏ, ਬੀਬੀ ਊਂ ਪੱਗ ਦੇ ਵਿੱਚ ਜੁੱਤੀ ਚ ਬੰਦੀ ਹੈ, ਇਵੇਂ ਜੁੱਤੀ ਰੱਖ ਕੇ ਨਾ ਆਦੀ, ਨਾ ਨਾ ਇਹ ਹੁਣ ਹਸਨ ਸਹੀ ਦੀ ਹੈ ਨਾ, ਇਹ ਕੋਈ ਕੰਡ ਨਾ ਕਰੀ, ਇਹ ਕੋਈ ਸਿਰ 'ਤੇ ਰੱਖੀ, ਸਿਰ 'ਤੇ ਰੱਖ ਕੇ ਜਵਾਨ ਟੁਰ ਪਏ,
اللہ میرے کو دل نال پڑھن دی توفیق دے، میرے کو یہ بھی پتہ ہے میرے کو پولیس والے بچے بھی دل نال سننے بیٹھے، اللہ گواہ ہے جڑے ویلے میں سر چ جتی رکھی سی ٹر پہ آلہ حضرت عظیم البرکت فرمیندے ہیں سر پہ رکھنے کو مل جائے نال پاک حضور، ہاں پھر کہیں تاجدار ہم بھی ہیں، امام حسن سرکار دی جتی بنا کے ٹر پہ اڈو اے منظر اڈو میڈا پیر امام حسن پہنچے، حضرت امیر معاویہ سہیں وڈی کرسی تے بھی لائے 5000 درہم دی تھیلی پیش کیتی ہے، آپ نے ایویں چاہ کے میز تے چ رکھی ہے، اے بہ گل وہ کھچی صاحبا اے موچی اتھا پہنچے، کوئی دھکے دیں دے کوئی دھوڑے دیں دے، اے آدھے میں امام حسن کو ملنے وادر جول و جول، تو تے امام حسن آخر کار محل چ پہنچ گئے، ہزارہ کرسیاں نکیاں نکیاں وڈی کرسی دے علی دا لاڈلا، حسین دا ویر زینب دا بھیرا عباس سائیں دا بھیرا کرسی تے بیٹھے، اے ایویں جتی سر تے چھاتی ودے، آدے کوئی میں کو ملاوے یا کوئی نیڑے کھڑاوے یا، بل روک آدے یار نیڑے نیوے بنڈے دے میں کو دا دیدار دا کرن دیو، ایک بندے کو ترس آئے ہوا کہ او دیکھ بیٹھائی، جلے امام حسن کو ڈٹے سی دھاڑ نکلی، آدے بلے و بلے تو دا نانے دی شکل دے گئی، تیڑا چہرہ نانے آلا تیڑا زلفان نانے آلا، ساری رات روندا رہ گیا کوئی موقع بنیا تے کو ملا، ہزاراں دے مجمع وچ میرا امام حسن کرسی تے بیٹھے، میں اکھ بند کیتی بیٹھا، میں کو رون دی بیماری ای کھچی صاحبہ، انہیں کو آکھ میں کو ولی نہ سمجھ سل، اور میں کو خطیب کیا میں کو کمی سمجھائے حضور دل آل دا، جڑے ویلے امام حسن میں ڈٹھے تے اوندے اوتے نظر پئی ہے، پر میں دن موچھا کیوں تھی آکھ نہیں آ میں تیرے انتظار چکا، اللہ تواڈی حیات شاباش حق چار یار، اور میں قربان تھی ونیا جڑے ویلے امام حسن جو سکے بندے کرسی دے بہ کے پیچھے تے ڈٹھے، بندے کیا ڈٹھے کپڑے ہوندے میلے سادہ جیا، سارے ہٹ کے نئی امام حسن دے نیڑے آئے، ہن میں تو دکھائے ڈر دی وجہ کڑے کبدا کھڑے، پر بھایا کبدا کیوں آئی جڑی چتی رات سیدھا رہ گئی، میں کو پوا میں تیری تانگ رکھی بیٹھا، او نبی نا حق نواز رو نا شلا بچڑے جیونی، جڑے ویلے امام حسن فرمیندن نیڑے آ او نیڑے آئے فرمیندن اے جتی میں کو پوا، او جتی جو ہی میں کپڑے وچو کٹھی ہے، امام حسن دی کروم والی جتی خوشا ایویں نیڑے لگے سلیم تاری، ہاں نکل دے جڑے ویلے پاکاں دی تعریف کرے نے ہیں، اوہی میں پیر کو ہاتھ لایا دے سردارا تیری جتی قیمتی ہے میری تا سادہ جتی ہے، نالے جڑی میں بڑھائی ودا میں کے ہمیں چاڑیتا گھتا، اے تے کو سوڑی دیزی تے کو زخم آسن، حسن برمے دے میں زخم نے کھا یا تیڑا دل نے کھا، نارے نا نارے نا آرام نال سنو، پتہ نہیں ول میں کو کون امام حسن دا دے تے میں کتھاں ذکر کرے ساں، اللہ گواہ ہے اکھتی صاحبائی میں میڈے ذمہ کو یا نوکھا موضوع چلایا کر، تاکہ میڈی میڈے اتے سارے راضی تھی، میں رات میڈی تقریر ہاوی گجرات جمائے حبیبی حفظہ دا ڈیٹ گھنٹے ذکر کر رہایا، حضور دی بیوی دا عمر سرکار دی بیٹی دا، میں کو بڑھا لطف ہے کہ یار چلو کوئی
ਨਹੀਂ ਤਾਂ ਸਾਡੇ ਉੱਤੇ ਵੀ ਰਾਜ਼ੀ ਜੀਵੇ ਸੀ। ਉਹ ਜਿਹੜੇ ਨੀਰ ਬੈਠੇ ਵਹਿੰਦੇ ਵੇ ਮਜਾਏ ਮਾਵਾਂ ਦੇ ਪੇਰ ਚੁੰਮਦੀ ਨਾ ਏ ਮਾਵਾਂ ਚੰਗੀਆਂ ਤਾਂ ਪੁੱਤਰ ਜ਼ਿਕਰ ਚ ਪਾਇਆ ਕੇ ਆਨੇ ਨਹੀਂ ਫਿਰੇਂਦੇ ਦਿਲ ਨਾਲ ਜ਼ਿਕਰ ਸੁਣਦੇ ਨਾ। ਖੁਦਾ ਦੀ ਕਸਮ ਏ ਇਮਾਮ ਹਸਨ ਵਰਮੇਂਦਰ ਮੈਂ ਤੇਰਾ ਦਿਲ ਦੇਖਾਂ ਜਾਂ ਜੁੱਤੀ ਦੇਖਾਂ ਸਰਕਾਰ ਸੌੜੀ ਹੋਸੀ ਫਰਮਾਇਆ ਤੂੰ ਪਵਾ ਹਜ਼ਰਤ ਅਮੀਰ ਮੁਆਵਿਆ ਸਰਕਾਰ ਵੀ ਮੁਹੱਬਤ ਦੇ